ਇਹਨੂੰ ਹਕੀਕ ਕਹਿੰਦੇ, ਇਹਨੂੰ ਫਿਰੋਜ਼ਾ ਕਹਿੰਦੇ। ਕਹਿੰਦੇ ਜਿਹੜੇ ਇਹ ਦੋ ਨੇ ਤੁਹਾਡੀ ਕਿਸਮਤ ਦੇ ਵਿੱਚ ਕਾਮਯਾਬੀ ਹਮੇਸ਼ਾ ਇਹ ਦੋਵੇਂ ਲੈ ਕੇ ਆਉਂਦੇ। ਮੈਨੂੰ ਬਹੁਤ ਪਿਆਰ ਹੈ ਜੀ, ਸੌਣ ਲੱਗਾ ਮੈਂ ਉਤਾਰ ਦਿੰਦਾ, ਜਾਂ ਜਦੋਂ ਨਾਪਾਕ ਨਾ ਹੋਵੇ ਉਦੋਂ ਇਹ ਨੱਗ ਉਤਾਰ ਦਈਦੀ ਹੈ, ਅਦਰਵਾਈਜ਼ ਮੇਰੇ ਇਹ ਰਾਖੀ ਕਰਦੇ ਆ। ਮੈਂ ਦੋਵੇਂ ਤੁਹਾਡੇ ਰਿੰਗ ਕਾਫੀ ਦੇਰ ਤੋਂ ਦੇਖ ਰਿਹਾ ਸੀ, ਬੜੀਆਂ ਹਿੱਟ ਹੁੰਦੀਆਂ ਨੇ। ਹਾਂਜੀ, ਇਹਨਾਂ ਦੋਵਾਂ ਦਾ ਮੈਨੂੰ ਕਿੱਸਾ ਸੁਣਾਓਗੇ, ਕਿਹੜੇ ਨੇ ਔਰ ਇਹਨਾਂ ਦਾ ਕੀ ਕਿੱਸਾ? ਇਹਨੂੰ ਹਕੀਕ ਕਹਿੰਦੇ, ਇਹਨੂੰ ਫਿਰੋਜ਼ਾ ਕਹਿੰਦੇ। ਇਹ ਇੱਕ ਹੋਲੀ ਸਟੋਨ ਹੈ, ਇਹਦਾ ਜੀ ਕੋਈ ਫਾਇਦਾ ਨਹੀਂ, ਇਹਦਾ ਨੁਕਸਾਨ ਕੋਈ ਨਹੀਂ, ਇਹਦੀ ਇਹੀ ਖੂਬਸੂਰਤੀ ਹੈ। ਇਹ ਕਦੋਂ ਲਈਆਂ ਸੀਗੀਆਂ ਔਰ ਇਹ ਕਦੋਂ ਕਿੰਨੇ ਦਿੱਤੀਆਂ ਕਿਸੇ? ਇਹ ਤਾਂ ਮੈਨੂੰ ਬਹੁਤ ਪੁਰਾਣੀਆਂ ਜੀ, ਤੁਸੀਂ ਵੇਖਿਆ ਹੋਏਗਾ ਅੱਜ ਤੋਂ ਜਿਹੜੀ 30-35-40 ਸਾਲ ਪੁਰਾਣੀਆਂ ਮੇਰੀਆਂ ਵੀਡੀਓ, ਅੱਜ 25-30 ਸਾਲ ਤੋਂ ਚੋਰ ਨਹੀਂ ਆਈ ਨੂੰ ਵੀ ਹੋ ਗਿਆ ਹੋਣੇ ਆ। ਬਚਪਨ ਤੋਂ ਹੀ ਇਹ ਸਾਈਂ ਜੀ ਨੇ ਪਵਾਈ ਸੀ ਮੇਰੇ, ਤੇ ਆਹ ਮੇਰੇ ਆਪਣਾ ਅਕੀਦਾ ਫਿਰੋਜ਼ਾ। ਕਿੰਨਾ ਨੇ ਦਿੱਤੇ ਸੀ ਔਰ ਕਿੱਥੋਂ ਮਿਲੇ ਸੀ? ਇਹ ਇਸਤੰਬੂਲ ਤੋਂ ਕਿਸੇ ਮਿਹਰਬਾਨ ਨੇ, ਫਕੀਰ ਨੇ ਨਜ਼ਰ ਕੀਤਾ ਸੀ, ਰਹਿਮਤ ਕੀਤੀ ਸੀ। ਇਹ ਵੀ ਉੱਥੋਂ ਦਾ, ਇਹ ਸ਼ਾਇਦ ਮਦੀਨੇ ਤੋਂ। ਹਾਂਜੀ, ਮੈਂ ਤੁਹਾਨੂੰ ਦੱਸਿਆ ਕਿ ਇਹ ਕੋਈ ਰਾਸ਼ੀ ਰੂਸ਼ੀ ਨਾ ਜਾਂ ਇੱਦਾਂ ਕੋਈ ਦੁੱਧ ਨਾ ਧੋ ਧੋ ਕੇ। ਪਿਆਰ ਵੀ ਤੁਸੀਂ ਕਰਦੇ ਕਦੇ ਉਤਾਰਦੇ ਨਹੀਂ? ਮੈਨੂੰ ਬਹੁਤ ਪਿਆਰ ਹੈ ਜੀ, ਸੌਣ ਲੱਗਾ ਮੈਂ ਉਤਾਰ ਦਿੰਦਾ, ਜਾਂ ਜਦੋਂ ਨਾਪਾਕ ਨਾ ਹੋਵੇ ਉਦੋਂ ਇਹ ਨੱਗ ਉਤਾਰ ਦਈਦੀ ਹੈ, ਅਦਰਵਾਈਜ਼ ਮੇਰੇ ਇਹ ਰਾਖੀ ਕਰਦੇ ਆ। ਟਰਨਿੰਗ ਪੁਆਇੰਟ ਹੁੰਦੇ ਆ ਤੁਹਾਡੀ ਜਿੱਤ ਦਾ ਕਾਰਨ? ਮੈਨੂੰ ਪਤਾ ਨਹੀਂ, ਮੈਨੂੰ ਆਦਤ ਆ, ਵੈਸੇ ਵੀ ਸੂਫੀ ਪਰਫੋਰਮੈਂਸ ਵੇਲੇ ਇਹੋ ਜਿਹੇ ਚੰਗੀਆਂ ਲੱਗਦੀਆਂ ਚੀਜ਼ਾਂ। ਇਹਨੂੰ ਹਕੀਕ ਕਹਿੰਦੇ, ਇਹਨੂੰ ਫਿਰੋਜ਼ਾ ਕਹਿੰਦੇ। ਕਹਿੰਦੇ ਜਿਹੜੇ ਇਹ ਦੋ ਨੇ ਤੁਹਾਡੀ ਕਿਸਮਤ ਦੇ ਵਿੱਚ ਕਾਮਯਾਬੀ ਹਮੇਸ਼ਾ ਇਹ ਦੋਵੇਂ ਲੈ ਕੇ ਆਉਂਦੇ। ਮੈਨੂੰ ਬਹੁਤ ਪਿਆਰ ਹੈ ਜੀ, ਸੌਣ ਲੱਗਾ ਮੈਂ ਉਤਾਰ ਦਿੰਦਾ, ਜਾਂ ਜਦੋਂ ਨਾਪਾਕ ਨਾ ਹੋਵੇ ਉਦੋਂ ਇਹ ਨੱਗ ਉਤਾਰ ਦਈਦੀ ਹੈ, ਅਦਰਵਾਈਜ਼ ਮੇਰੇ ਇਹ ਰਾਖੀ ਕਰਦੇ ਆ। ਮੈਂ ਦੋਵੇਂ ਤੁਹਾਡੇ ਰਿੰਗ ਕਾਫੀ ਦੇਰ ਤੋਂ ਦੇਖ ਰਿਹਾ ਸੀ, ਬੜੀਆਂ ਹਿੱਟ ਹੁੰਦੀਆਂ ਨੇ। ਹਾਂਜੀ, ਇਹਨਾਂ ਦੋਵਾਂ ਦਾ ਮੈਨੂੰ ਕਿੱਸਾ ਸੁਣਾਓਗੇ, ਕਿਹੜੇ ਨੇ ਔਰ ਇਹਨਾਂ ਦਾ ਕੀ ਕਿੱਸਾ? ਇਹਨੂੰ ਹਕੀਕ ਕਹਿੰਦੇ, ਇਹਨੂੰ ਫਿਰੋਜ਼ਾ ਕਹਿੰਦੇ। ਇਹ ਇੱਕ ਹੋਲੀ ਸਟੋਨ ਹੈ, ਇਹਦਾ ਜੀ ਕੋਈ ਫਾਇਦਾ ਨਹੀਂ, ਇਹਦਾ ਨੁਕਸਾਨ ਕੋਈ ਨਹੀਂ, ਇਹਦੀ ਇਹੀ ਖੂਬਸੂਰਤੀ ਹੈ। ਇਹ ਕਦੋਂ ਲਈਆਂ ਸੀਗੀਆਂ ਔਰ ਇਹ ਕਦੋਂ ਕਿੰਨੇ ਦਿੱਤੀਆਂ ਕਿਸੇ? ਇਹ ਤਾਂ ਮੈਨੂੰ ਬਹੁਤ ਪੁਰਾਣੀਆਂ ਜੀ, ਤੁਸੀਂ ਵੇਖਿਆ ਹੋਏਗਾ ਅੱਜ ਤੋਂ ਜਿਹੜੀ 30-35-40 ਸਾਲ ਪੁਰਾਣੀਆਂ ਮੇਰੀਆਂ ਵੀਡੀਓ, ਅੱਜ 25-30 ਸਾਲ ਤੋਂ ਚੋਰ ਨਹੀਂ ਆਈ ਨੂੰ ਵੀ ਹੋ ਗਿਆ ਹੋਣੇ ਆ। ਇਹ ਸ਼ੁਰੂ ਤੋਂ ਹੀ ਆ, ਇੱਕ ਆਹ ਬਚਪਨ ਤੋਂ ਹੀ ਇਹ ਸਾਈਂ ਜੀ ਨੇ ਪਵਾਈ ਸੀ ਮੇਰੇ, ਤੇ ਆਹ ਮੇਰੇ ਆਪਣਾ ਅਕੀਦਾ ਫਿਰੋਜ਼ਾ। ਕਿੰਨਾ ਨੇ ਦਿੱਤੇ ਸੀ ਔਰ ਕਿੱਥੋਂ ਮਿਲੇ ਸੀ? ਇਹ ਇਸਤੰਬੂਲ ਤੋਂ ਕਿਸੇ ਮਿਹਰਬਾਨ ਨੇ, ਫਕੀਰ ਨੇ ਨਜ਼ਰ ਕੀਤਾ ਸੀ, ਰਹਿਮਤ ਕੀਤੀ ਸੀ। ਇਹ ਵੀ ਉੱਥੋਂ ਦਾ, ਇਹ ਸ਼ਾਇਦ ਮਦੀਨੇ ਤੋਂ। ਹਾਂਜੀ, ਕਹਿੰਦੇ ਜਿਹੜੇ ਇਹ ਦੋ ਨੇ ਤੁਹਾਡੀ ਕਿਸਮਤ ਦੇ ਵਿੱਚ ਕਾਮਯਾਬੀ ਹਮੇਸ਼ਾ ਇਹ ਦੋਵੇਂ ਲੈ ਕੇ ਆਉਂਦੇ। ਹਾਂਜੀ, ਮੈਂ ਤੁਹਾਨੂੰ ਦੱਸਿਆ ਕਿ ਇਹ ਕੋਈ ਰਾਸ਼ੀ ਰੂਸ਼ੀ ਨਾ ਜਾਂ ਇੱਦਾਂ ਕੋਈ ਦੁੱਧ ਨਾ ਧੋ ਧੋ ਕੇ। ਜ਼ਿਆਦਾ ਪਿਆਰ ਵੀ ਤੁਸੀਂ ਕਰਦੇ ਕਦੇ ਉਤਾਰਦੇ ਨਹੀਂ? ਮੈਨੂੰ ਬਹੁਤ ਪਿਆਰ ਹੈ ਜੀ, ਸੌਣ ਲੱਗਾ ਮੈਂ ਉਤਾਰ ਦਿੰਦਾ, ਜਾਂ ਜਦੋਂ ਨਾਪਾਕ ਨਾ ਹੋਵੇ ਉਦੋਂ ਇਹ ਨੱਗ ਉਤਾਰ ਦਈਦੀ ਹੈ, ਅਦਰਵਾਈਜ਼ ਮੇਰੇ ਇਹ ਰਾਖੀ ਕਰਦੇ ਆ। ਟਰਨਿੰਗ ਪੁਆਇੰਟ ਹੁੰਦੇ ਆ ਤੁਹਾਡੀ ਜਿੱਤ ਦਾ ਕਾਰਨ? ਮੈਨੂੰ ਪਤਾ ਨਹੀਂ, ਮੈਨੂੰ ਆਦਤ ਆ,
ਵੈਸੇ ਵੀ ਸੂਫੀ ਪਰਫੋਰਮੈਂਸ ਵੇਲੇ ਇਹੋ ਜਿਹੇ ਚੰਗੀਆਂ ਲੱਗਦੀਆਂ ਚੀਜ਼ਾਂ।